ਮਾਪਿਆਂ ਦੇ ਘਰ ਵੇ ਮੈਂ ਲਾਡਾਂ ਨਾਲ ਪਲੀ ਸੀ, 20 ਸਾਲ ਤੱਕ ਨਾ ਰਸੋਈ ਵਿੱਚ ਵੜੀ ਸੀ। ਉਹ ਗੁੱਸਾ ਕਰਦਾ ਏ ਕੱਚੇ ਰਹਿ ਗਏ ਫੁਲਕੇ, ਹੋ ਮੇਰੀ ਇੰਨੀ ਕੁ ਵੀ ਗੱਲ ਨੀ ਸਹਾਰਦਾ, ਗੱਲ ਗੱਲ ਉੱਤੇ ਮਾਰਨਾ ਵੇ ਝਿੜਕਾਂ, ਸੋਲ ਜਿਹਾ ਦਿਲ ਮੁਟਿਆਰਦਾ। ਜਦੋਂ ਛੋਟਾ ਹੁੰਦਾ ਸੀ ਨਾ, ਪਾਪਾ ਹਾਰਮੋਨੀਅਮ ਪਲੇ ਕਰਦੇ ਸੀ, ਮੈਂ ਰੋਣ ਲੱਗ ਜਾਂਦਾ ਸੀ, ਮੈਂ ਡਰ ਜਾਂਦੀ ਪਤਾ ਨੀ ਕੀ ਚੀਜ਼। ਉਹ ਇਸ਼ਕ ਡਰੈਵਰੀ ਤੇ ਕਲਾਕਾਰੀ, ਜੱਟ ਦੀ ਫਸਲ ਤੇ ਠੇਕੇਦਾਰੀ, ਪੰਜੇ ਰਸ ਕੀ ਤੰਦੇ ਆ, ਹੋ ਪੰਜੇ ਰਸ ਕੀ ਤੰਦੇ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਨਵਿਆ ਬੇਰੀ ਤੇ ਮੈਂ ਤਰੁਣ ਨਈਅਰ newsnumber.com ਦੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਾ। ਅੱਜ ਅਸੀਂ ਤੁਹਾਨੂੰ ਉਹਨਾਂ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਸਟਰਗਲ ਲਾਈਫ ਸੁਣ ਕੇ ਤੁਸੀਂ ਵੀ ਕੁਝ ਹੈਰਾਨ ਹੋ ਜਾਓਗੇ। ਜੀ ਹਾਂ, ਮੈਂ ਗੱਲ ਕਰ ਰਿਹਾ ਸਮਾਰਟ ਭਰਮੀ ਜੀ ਦੀ। ਆਓ ਕਰਦੇ ਉਹਨਾਂ ਨਾਲ ਗੱਲਬਾਤ, ਜਾਣਦੇ ਉਹਨਾਂ ਦੀ ਸਟਰਗਲ ਲਾਈਫ ਦੇ ਬਾਰੇ ਤੇ ਉਹਨਾਂ ਦੇ ਸਿੰਗਿੰਗ ਦੇ ਸਫ਼ਰ ਦੇ ਬਾਰੇ। ਸਮਾਰਟ ਭਰਮੀ ਜੀ, ਤੁਹਾਡਾ newsnumber.com ਵਿੱਚ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। newsnumber ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰ ਜੀ, ਸਭ ਤੋਂ ਪਹਿਲਾਂ ਗੱਲ ਕਰੀਏ ਤੁਹਾਡੇ ਨਾਂ ਦੇ ਬਾਰੇ, ਤੇ ਤੁਹਾਡਾ ਨਾਂ ਕਾਫੀ ਜ਼ਿਆਦਾ ਯੂਨੀਕ ਹੈ, ਤੇ ਇਸ ਦੇ ਪਿੱਛੇ ਦੀ ਕਹਾਣੀ ਕੀ ਹੈ, ਤੇ ਤੁਹਾਡਾ ਜਿਹੜਾ ਅਸਲੀ ਨਾਂ ਹੈ ਉਹ ਕੀ ਹੈ? ਨਾਮ ਮੇਰਾ ਜੀ ਰੁਪਿੰਦਰਜੀਤ ਸਿੰਘ ਆ। ਅੱਛਾ। ਸਮਾਰਟ ਵਰਮੀ ਮੇਰੇ ਫਾਦਰ ਸਾਹਿਬ ਨੇ ਰੱਖਿਆ ਸੀਗਾ ਨਾਂ, ਸਮਾਰਟ ਵਰਮੀ ਮੇਰਾ ਪਿੰਡ ਹੈ ਜੀ। ਅੱਛਾ। ਸੋ ਨਾਂ ਦੇ ਨਾਲ ਮਗਰ ਸਮਾਰਟ ਵਰਮੀ। ਮੇਰੇ ਫਾਦਰ ਸਾਹਿਬ ਗਾਉਂਦੇ ਸੀਗੇ ਪਹਿਲਾਂ, ਤੇ ਉਹਨਾਂ ਨੂੰ ਸੁਣਦਾ ਸੀਗਾ ਛੋਟਾ ਹੁੰਦਾ ਪਤਾ। ਇਦੂ ਬਾਅਦ ਜਦੋਂ 20-22 ਸਾਲ ਦਾ ਹੋਇਆ, ਕਿਤੇ ਨਾ ਕਿਤੇ ਆਪਣੇ ਕੁਦਰਤੀ ਤੌਰ ਤੇ ਆਪਣੇ ਆਪ ਹੀ ਹੋ ਗਿਆ, ਮਤਲਬ ਬਚਪਨ ਚ ਨੀ ਗਾਇਆ, ਮਤਲਬ ਬਚਪਨ ਚ ਤਾਂ ਬਿਲਕੁਲ ਸ਼ੌਂਕ ਨਹੀਂ ਹੁੰਦਾ, ਬਿਲਕੁਲ ਨਹੀਂ ਸੀਗਾ। ਇਸੇ ਦਾ ਕਿ ਜਦੋਂ ਛੋਟਾ ਹੁੰਦਾ ਸੀ ਨਾ, ਪਾਪਾ ਹਾਰਮੋਨੀਅਮ ਪਲੇ ਕਰਦੇ ਸੀ, ਮੈਂ ਰੋਣ ਲੱਗ ਜਾਂਦਾ ਸੀ, ਮੈਂ ਡਰ ਜਾਂਦੀ ਪਤਾ ਨੀ ਕੀ ਚੀਜ਼, ਪਰ ਪਤਾ ਨੀ ਸੀਗਾ ਤਾਂ 20 ਸਾਲ ਬਾਅਦ ਹੀ ਫਿਰ ਮੈਂ ਕਰਨਾ ਨਾ ਕਿਸਮਤ ਨੇ ਵਾਪਸ ਉੱਥੇ ਹੀ ਲੈ ਕੇ ਜੀ। ਤੇ ਤੁਹਾਡੇ ਜਿਹੜੇ ਫਾਦਰ ਸਾਹਿਬ ਹੈ, ਉਹਨਾਂ ਨੂੰ ਲਿਖਣ ਦਾ ਵੀ ਸ਼ੌਂਕ ਸੀਗਾ ਗਾਣ ਦੇ ਨਾਲ ਨਾਲ, ਤੇ ਤੁਹਾਨੂੰ ਵੀ ਲਿਖਣ ਦਾ ਸ਼ੌਂਕ ਹੈ? ਹਾਂਜੀ, ਮੈਂ ਪਹਿਲਾਂ ਲਿਖਣਾ ਸ਼ੁਰੂ ਕੀਤਾ ਸੀਗਾ। ਅੱਛਾ। ਲਿਖਣ ਤੋਂ ਬਾਅਦ ਹੌਲੀ ਹੌਲੀ ਗਾਉਣ ਚ ਆ ਗਏ। ਅੱਛਾ ਅੱਛਾ। ਮਤਲਬ ਉਹਨਾਂ ਦਾ ਕਿਤੇ ਨਾ ਕਿਤੇ ਜਿਵੇਂ ਕਹਿੰਦੇ ਵੀ ਬਲੱਡ ਚ ਹੁੰਦਾ, ਉਹ ਕਿਤੇ ਨਾ ਕਿਤੇ ਮੇਰੇ ਅੰਦਰ ਸੀਗਾ, ਪਰ ਬਚਪਨ ਚ ਨਹੀਂ, ਮੈਂ ਬਸ ਸੁਣੀ ਸ਼ੁਰੂ ਕੀਤਾ। ਓਕੇ। ਤੇ ਜਿੱਦਾਂ ਕਿ ਤੁਸੀਂ ਹੁਣੇ ਕਿਹਾ ਕਿ ਜਦੋਂ ਬਚਪਨ ਦੇ ਵਿੱਚ ਤੁਹਾਡੇ ਫਾਦਰ ਸਾਹਿਬ ਹਾਰਮੋਨੀਅਮ ਪਲੇ ਕਰਦੇ ਹੁੰਦੇ ਸੀ, ਡਰ ਜਾਂਦੇ ਹੁੰਦੇ ਸੀ, ਹੈ ਨਾ, ਤੁਹਾਡੇ ਘਰ ਦੇ ਵਿੱਚ ਪੂਰਾ ਮਿਊਜ਼ੀਕਲ ਰਹਿੰਦਾ ਹੁੰਦਾ ਸੀ, ਹੈ ਨਾ, ਮਾਹੌਲ ਪੂਰਾ ਮਿਊਜ਼ੀਕਲ ਹੀ ਰਹਿਣਾ ਹੈ ਤੁਹਾਡੇ ਘਰ ਦੇ ਵਿੱਚ। ਤੇ ਜਦੋਂ ਤੁਸੀਂ ਸਿੰਗਿੰਗ ਲਾਈਨ ਦੇ ਵਿੱਚ ਆਏ ਸੀਗੇ ਬਾਅਦ ਵਿੱਚ, ਤੇ ਤੁਹਾਡੇ ਘਰ ਦੇ ਕੀ ਰਿਐਕਸ਼ਨ ਰਿਹਾ ਸੀ, ਮਤਲਬ ਕੀ ਸਪੋਰਟ ਮਿਲੀ ਸੀ ਤੁਹਾਨੂੰ ਘਰ ਦਿਆਂ ਵੱਲੋਂ? ਸਪੋਰਟ ਮੇਰੀ ਫੁੱਲ ਆ ਜੀ, ਪੂਰੀ ਸਪੋਰਟ ਆ। ਪਰ ਪਹਿਲਾਂ ਜਦੋਂ ਮੈਂ ਮਤਲਬ ਦੱਸਿਆ ਕਿ ਮੈਂ ਗਾਉਣਾ, ਮੈਂ ਆਪਦੀ ਮਦਰ ਨੂੰ ਦੱਸਿਆ ਕਿ ਮੰਮੀ ਮੈਂ ਗਾਉਣਾ, ਓਕੇ, ਤੇ ਫਾਦਰ ਸਾਹਿਬ ਕਹਿੰਦੇ ਯਾਰ ਵੀ ਬਹੁਤ ਸੌਖਾ ਕੰਮ ਨਹੀਂ ਹੈਗਾ ਇਹ, ਤੇ ਵੀ ਤੂੰ ਕਦੇ ਕਰਿਆ ਤਾਂ ਹੈ ਨੀਗਾ, ਵੀ ਤੂੰ ਕਰ। ਫਿਰ ਮੈਂ ਇੱਕ ਉਹਨਾਂ ਨੂੰ ਸਰਪ੍ਰਾਈਜ਼ ਦੇਣ ਦੀ ਖਾਤਰ ਨਾ ਉੱਦਾਂ ਹੀ ਗਾਣਾ ਕਰਤਾ, ਬਾਹਰ ਦੀ ਬਾਹਰ ਹੀ ਉਹਨਾਂ ਨੂੰ ਬਿਨਾਂ ਦੱਸੇ। ਅੱਛਾ। ਤੇ ਗਾਣਾ ਕਰਕੇ ਮੈਂ ਸੀਡੀ ਚੱਲਦੀ ਸੀ, ਉਹਨੂੰ ਸੀਡੀ ਮੂਹਰੇ ਕਰਤੀ, ਮੈਂ ਮੈਂ ਗਾਣਾ ਕਰਕੇ ਆਇਆ। ਫਿਰ ਉਹਨਾਂ ਨੇ ਸੁਣਿਆ, ਸੁਣਨ ਤੋਂ ਬਾਅਦ ਕਹਿੰਦੇ ਵੀ ਚਲੋ ਜੇ ਤੂੰ ਕਰਨਾ ਫਿਰ ਸਿੱਖ ਇਹਨੂੰ ਪ੍ਰੋਪਰਲੀ ਤੌਰ 'ਤੇ। ਫਿਰ ਮੈਂ ਸਿੱਖਣਾ ਸ਼ੁਰੂ ਕੀਤਾ ਜੀ। ਓਕੇ। ਅੱਛਾ। ਇੱਦਾਂ ਮੈਂ ਸਪੋਰਟ ਪੂਰੀ ਕੀਤੀ ਉਹਨਾਂ ਨੇ, ਇਹ ਨਹੀਂ ਵੀ ਤੂੰ ਨਹੀਂ ਹਟ ਜਾ, ਨਹੀਂ ਕਰ ਸਕਦਾ ਜਾਂ ਤਾਂ। ਤੇ ਉਹ ਮਾਈਂਡ ਵਿੱਚ ਆਈਡੀਆ ਕਦੋਂ ਆਇਆ ਕਿ ਜਦ ਤੁਸੀਂ ਕਿਹਾ ਕਿ ਮੈਂ ਸਰਪ੍ਰਾਈਜ਼ ਹੀ ਦੇਣਾ ਹੈਗਾ? ਆਈਡੀਆ ਦੇ ਤੱਕ ਜਿੱਥੋਂ ਤੱਕ ਮੈਂ ਲਿਖਦਾ ਹੁੰਦਾ ਸੀ ਉਹ ਵੀ ਚੋਰੀ, ਦੱਸਦਾ ਨਹੀਂ ਸੀ ਮੈਂ। ਅੱਛਾ। ਮੈਂ ਕਾਪੀ 'ਤੇ ਜਿੱਦਾਂ ਪੜ੍ਹਦੇ ਸੀ ਕਾਲਜ ਟਾਈਮ, ਹੈ ਨਾ, ਕਾਪੀ 'ਤੇ ਲਿਖ ਲੈਣਾ। ਮੇਰੇ ਫਰੈਂਡ ਸਰਕਲ, ਯਾਰ ਤੂੰ ਕਰ ਗਾ, ਤੂੰ ਗਾ। ਮੈਂ ਯਾਰ ਨਹੀਂ ਯਾਰ, ਵੀ ਗਾਇਆ ਨਹੀਂ ਜਾਣਾ। ਅਤੇ ਉਦੋਂ ਹੌਲੀ ਹੌਲੀ ਮੈਂ ਮੰਮੀ ਨੂੰ ਦੱਸਿਆ ਪਹਿਲਾਂ ਕਿ ਮੰਮੀ ਮੈਂ ਲਿਖਦਾ, ਅਤੇ ਉਹਨਾਂ ਨੇ ਫਾਦਰ ਸਾਹਿਬ ਨਾਲ ਗੱਲ ਕੀਤੀ, ਕਹਿੰਦੇ ਵੀ ਲਿਖਦਾ, ਕਹਿੰਦੇ ਨਹੀਂ ਯਾਰ ਸੌਖਾ ਕੰਮ ਨਹੀਂ ਲਿਖਣਾ, ਕਿਤੇ ਸੌਖਾ ਇੱਦਾਂ ਇੱਦਾਂ। ਮੈਨੂੰ ਅੰਦਰੋਂ ਅੰਦਰ ਹੀ ਪਤਾ ਕਿਤੇ ਨਾ ਲੱਗਿਆ ਵੀ ਯਾਰ ਮੈਂ ਕਰਕੇ ਦਿਖਾਵਾਂ ਕੁਛ ਨਾ ਕੁਛ। ਫਿਰ ਮੈਂ ਆਪੀ ਗਾਣਾ ਰਿਕਾਰਡ ਕੀਤਾ, ਅਤੇ ਉਹ ਜਦੋਂ ਦਿਖਾਇਆ ਉਹਨਾਂ ਨੂੰ, ਫਿਰ ਉਹ ਦੁਬਾਰੇ ਉਹਨਾਂ ਨੇ ਕਿਹਾ ਵੀ ਨਹੀਂ ਕਰ, ਪਰ ਪ੍ਰੋਪਰ ਤਰੀਕੇ ਨਾਲ ਕਰ। ਓਕੇ। ਅੱਛਾ। ਪੂਰੇ ਰਿਆਜ਼ ਵਗੈਰਾ? ਹਾਂਜੀ। ਫਿਰ ਕਲਾਸਾਂ ਵੀ ਸ਼ੁਰੂ ਕੀਤੀਆਂ ਉਸਤਾਦ ਜੀ ਉਹਨਾਂ ਕੋਲ, ਲਾਲੀ ਖਾਨ ਜੀ ਜਗਰਾਉਂ ਤੋਂ, ਉਹਨਾਂ ਕੋਲ ਮੈਂ ਮਤਲਬ ਲੱਗਿਆ, ਸ਼ੁਰੂ ਕੀਤਾ, ਅਤੇ ਹੁਣ ਕਰ ਰਹੇ ਹਾਂ।
ਅੱਛਾ ਤੇ ਜਿਹੜਾ ਤੁਸੀਂ ਆਪਣੇ ਘਰ ਸਰਪ੍ਰਾਈਜ਼ ਦਿੱਤਾ ਸੀ ਗਾਣਾ ਰਿਕਾਰਡ ਕਰਕੇ ਉਹ ਬਤੌਰ ਐਜ਼ ਅ ਰਾਈਟਰ ਤੁਸੀਂ ਆਪਣੀ ਸ਼ੁਰੂਆਤ ਕੀਤੀ ਸੀ ਜਾਂ ਐਜ਼ ਅ ਸਿੰਗਰ ਤੁਸੀਂ ਆਪਣਾ ਪ੍ਰੋਜੈਕਟ ਰਿਕਾਰਡ ਕੀਤਾ ਸੀ ਉਹ ਲਿਖਿਆ ਵੀ ਮੇਰਾ ਆਪਦਾ ਸੀਗਾ ਜੀ ਅੱਛਾ ਵੀ ਮੈਂ ਆਪ ਅੱਛਾ ਹਾਂਜੀ ਕਿਉਂਕਿ ਉਦੋਂ ਇੱਕ ਸਰਪ੍ਰਾਈਜ਼ ਦੇਣਾ ਸੀਗਾ ਬਾਹਰ ਮੈਂ ਜਾ ਨਹੀਂ ਸਕਦਾ ਜੀ ਮੇਰੇ ਕੋਲ ਲਿਖਿਆ ਸੀ ਉਹਦੇ ਵਿੱਚ ਵੀ ਮੈਂ ਸਿਲੈਕਟ ਕਰਕੇ ਉਹੀ ਕੀਤਾ ਸੀਗਾ ਅੱਛਾ ਹਾਂਜੀ ਤੇ ਤੁਹਾਡੇ ਘਰ ਸਭ ਦਾ ਰਿਐਕਸ਼ਨ ਕੀ ਸੀਗਾ ਰਿਐਕਸ਼ਨ ਤਾਂ ਇਹ ਸੀ ਵੀ ਵਧੀਆ ਵਾ ਪਰ ਉਹੀ ਜੇ ਮੈਂ ਪਹਿਲਾਂ ਵੀ ਦੱਸ ਕੇ ਡਾਂਗੀ ਫਾਦਰ ਸਾਹਿਬ ਨੇ ਸੁਣ ਕੇ ਫਿਰ ਇਹ ਕਿਹਾ ਵੀ ਨਹੀਂ ਸਿੱਖ ਕੇ ਕਰ ਜੇ ਕਰਨਾ ਸਿੱਧਾ ਵੀ ਫਾਇਦਾ ਤੇ ਹਰ ਬੰਦੇ ਦੀ ਕਹਾਣੀ ਦੇ ਵਿੱਚ ਨਾ ਸਟਰਗਲ ਤਾਂ ਹੁੰਦੀ ਹੁੰਦੀ ਹੈ ਕਿਉਂਕਿ ਸਟਰਗਲ ਕਰਕੇ ਹੀ ਬੰਦਾ ਅੱਗੇ ਤੱਕ ਪਹੁੰਚਦਾ ਵਿਦਆਊਟ ਸਟਰਗਲ ਕੋਈ ਅੱਗੇ ਨਹੀਂ ਪਹੁੰਚ ਸਕਦਾ ਹਾਂਜੀ ਤੇ ਤੁਹਾਡੀ ਕਹਾਣੀ ਦੇ ਵਿੱਚ ਇੱਦਾਂ ਦੀ ਕਿਹੜੀ ਸਟਰਗਲ ਹੈਗੀ ਜਿਹੜੀ ਤੁਸੀਂ ਸਾਡੇ ਆਡੀਅੰਸ ਨੂੰ ਸਾਨੂੰ ਦੱਸੋ ਉਹ ਵੀ ਇਨਸਪਾਇਰ ਹੋਣ ਤੁਹਾਡੀ ਸਟਰਗਲ ਸੁਣ ਕੇ ਸਟਰਗਲ ਤਾਂ ਵੀਰੇ ਸਾਰੇ ਕੰਮਾਂ 'ਚ ਹੀ ਆ ਨਾ ਕੋਈ ਵੀ ਖਿਡਾਰੀ ਆ ਜਾਂ ਕੋਈ ਗਾਉਣ ਵਾਲਾ ਜੋ ਸਟਰਗਲ ਹਰੇਕ ਕੰਮ 'ਚ ਕਰਨਾ ਪੈਂਦਾ ਇਹ ਜਿਹੜੀ ਲਾਈਨ ਆ ਥੋੜ੍ਹੀ ਜਿਹੀ ਫਰੋਡਬਾਜ਼ੀ ਜ਼ਿਆਦਾ ਇਹਦੇ ਵਿੱਚ ਅਤੇ ਇਹ 'ਚ ਜ਼ਿਆਦਾ ਸਟਰਗਲ ਦੀ ਲੋੜ ਪੈਂਦੀ ਆ ਅਤੇ ਬਾਕੀ ਮਿਹਨਤ ਬਹੁਤ ਲੱਗਦੀ ਆ ਮੇਰੇ ਨਾਲ ਵੀ ਜੁੜੇ ਸੀਗੇ ਕੁਝ ਬੰਦੇ ਮਤਲਬ ਕਹਿ ਤਾ ਅਸੀਂ ਕਰਾਂਗੇ ਸਾਰਾ ਕੁਛ ਤੇਰਾ ਹੈ ਨਾ ਵੀਡੀਓ ਵੀ ਕਰਾਂਗੇ ਐਡ ਵੀ ਲਵਾਵਾਂਗੇ ਇੱਦਾਂ ਵੀ ਕਰਾਂਗੇ ਇੱਕ ਮੈਂ ਉਤਸ਼ਾਹ ਨਾਲ ਲੱਗ ਗਿਆ ਵੀ ਚਲੋ ਕੋਈ ਨਹੀਂ ਹੈਗੇ ਆ ਐਨ ਮੌਕੇ 'ਤੇ ਆ ਗਏ ਫਿਰ ਉਹ ਮਤਲਬ ਪਿੱਛੇ ਹਟ ਗਏ ਉਹਨੂੰ ਬਹੁਤ ਦਿਲ ਟੁੱਟਿਆ ਯਾਰ ਵੀ ਮਾੜਾ ਹੋਇਆ ਜਿੰਨੀ ਮਿਹਨਤ ਕੀਤੀ ਅਸਲ ਮੈਂ ਨਾ 12ਵੀਂ ਤੋਂ ਲੁਧਿਆਣੇ 35-40 ਕਿਲੋਮੀਟਰ ਰੋਜ਼ ਪੈਂਦਾ ਉਹਨਾਂ ਨੇ ਕਹਿਣਾ ਤੂੰ ਡਾਂਸ ਕਲਾਸਾਂ ਲਾ ਉੱਥੇ ਜਾ ਡੇਲੀ ਜਾਣਾ ਡੇਲੀ ਆਉਣਾ ਹੈ ਨਾ ਹੋਰ ਸਾਰਾ ਕੁਛ ਕੀਤਾ ਜਿਵੇਂ ਉਹਨਾਂ ਨੇ ਕਿਹਾ ਮਤਲਬ 3-4 ਮਹੀਨੇ ਉਹਨੇ ਮੈਨੂੰ ਇੱਦਾਂ ਹੀ ਨਚਾਇਆ ਉੱਧਰ ਚੱਲ ਆਏ ਡਾਂਸ ਕਲਾਸਾਂ ਜੁਆਇਨ ਕਰ ਜਿੰਮ ਲਾ ਉਹ ਲਾ ਉਹ ਲਾ ਸਾਰਾ ਕੁਛ ਕੀਤਾ ਏ ਟੂ ਜੈਡ ਕੀਤਾ ਅਤੇ ਪਰ ਮੌਕੇ 'ਤੇ ਪਤਾ ਨਹੀਂ ਉਹਨਾਂ ਦੇ ਮਾਇੰਡ 'ਚ ਕੀ ਆਇਆ ਅਤੇ ਬਿਲਕੁਲ ਹੀ ਛੱਡ ਗਏ ਫਿਰ ਅਤੇ ਉਹ ਜਿਹੜਾ ਜਿੰਨਾ ਕੁ ਖਰਚਾ ਹੋਇਆ ਸੀ ਮੈਂ ਆਡੀਓ ਉਹਨਾਂ ਦੇ ਕਹਿਣ 'ਤੇ ਕੀਤੀ ਅਤੇ ਉਹ ਵੀ ਸਾਰਾ ਫਿਰ ਮੇਰੇ ਸਿਰ 'ਤੇ ਇੱਕ ਵਾਰ ਪੈ ਗਿਆ ਸੀ ਅਤੇ ਉਸ ਤੋਂ ਬਾਅਦ ਮੈਂ ਸੋਚਿਆ ਵੀ ਯਾਰ ਮਦਦ ਨਹੀਂ ਲੈਣੀ ਕਹਿੰਦੀ ਆਪ ਕਰੋ ਜੋ ਕਰਨਾ ਕੋਈ ਨਹੀਂ ਕਿਸੇ ਦਾ ਇੱਥੇ ਬਣਨਾ ਮਤਲਬ ਫਿਰ ਵੀ ਤੁਸੀਂ ਆਪਣੀ ਹਿੰਮਤ ਨਹੀਂ ਹਿੰਮਤ ਨਹੀਂ ਹਾਰੀ ਜੀ ਕਿਉਂਕਿ ਮੈਂ ਸੋਚਿਆ ਹੋਇਆ ਬਸ ਮੈਂ ਕਰਨਾ ਇਹੀ ਕਰਨਾ ਉਹ ਕੁਛ ਨਹੀਂ ਕਰਨਾ ਜੋ ਚੀਜ਼ ਸੋਚੀ ਹੈ ਉਹ ਕਰਕੇ ਹੀ ਉਹ ਕਰਕੇ ਰਹਿਣੀ ਅਤੇ ਕਦੀ ਇੰਝ ਹੋਇਆ ਕਿ ਤੁਹਾਨੂੰ ਕਿਸੇ ਨੇ ਮਤਲਬ ਤੁਹਾਡੇ ਦੋਸਤਾਂ ਵਿੱਚੋਂ ਤੁਹਾਡੇ ਕਿਸੇ ਨੇ ਕਿਹਾ ਹੋਵੇ ਕਿ ਯਾਰ ਡੀਮੋਟੀਵੇਟ ਕਰਤਾ ਹੋਵੇ ਕਿ ਨਹੀਂ ਯਾਰ ਛੱਡ ਤੂੰ ਨਹੀਂ ਕਰਨਾ ਕਿ ਤੁਹਾਨੂੰ ਹਮੇਸ਼ਾ ਦੋਸਤਾਂ ਵਜੋਂ ਸਪੋਰਟ ਹੀ ਮਿਲੀ ਨਹੀਂ ਇਹ ਗੱਲੋਂ ਮੈਂ ਖੁਸ਼ਕਿਸਮਤ ਹਾਂ ਜੀ ਜਿੰਨੇ ਮੇਰੇ ਨਾਲ ਜੁੜੇ ਨੇ ਸਾਰੇ ਹੌਸਲਾ ਦਿੱਤਾ ਸਾਰਿਆਂ ਨੇ ਓਕੇ ਅਤੇ ਮਤਲਬ ਇੱਦਾਂ ਨਹੀਂ ਵੀ ਤੂੰ ਨਹੀਂ ਕਰ ਸਕਦਾ ਜਾਂ ਨਾ ਕਰ ਇੱਦਾਂ ਦਾ ਕੋਈ ਨਹੀਂ ਮਿਲਿਆ ਅੱਜ ਤੱਕ ਓਕੇ ਜਿਵੇਂ ਕਿ ਜਦੋਂ ਮੈਂ ਪਹਿਲਾਂ ਗਾਣਾ ਰਿਕਾਰਡ ਕੀਤਾ ਉਹ ਵੀ ਮੇਰੇ ਯਾਰਾਂ ਦੋਸਤਾਂ ਨੇ ਪ੍ਰੈਸ਼ਰ ਪਾ ਕੇ ਵੀ ਤੂੰ ਕਰ ਇੱਕ ਮੇਰਾ ਮੁੰਡਾ ਪਿੰਡੋਂ ਹੀ ਆ ਅਤੇ ਗੁਰਸਿਮਰਤ ਅਤੇ ਉਹਨੇ ਨਾ ਮੇਰੀ ਕਾਪੀ ਪਾੜ ਲਈ ਕਹਿੰਦਾ ਗਾਣੇ ਨਹੀਂ ਤਾਂ ਰਿਕਾਰਡ ਕਰਨੇ ਮੈਂ ਉਹਨਾਂ ਨੂੰ ਪਾੜ ਦੇਣੇ ਆ ਉਹ ਜਿਹੜਾ ਪਹਿਲਾਂ ਗਾਣਾ ਦੱਸਿਆ ਨਾ ਸਰਪ੍ਰਾਈਜ਼ ਵਾਲਾ ਉਹਦੇ ਕਹਿਣ 'ਤੇ ਹੀ ਮੈਂ ਕੀਤਾ ਉਹ ਗਾਣਾ ਅਤੇ ਉਸ ਤੋਂ ਬਾਅਦ ਮੇਰੇ ਨਾਲ ਜਸਪ੍ਰੀਤ ਆ ਗੁਰਿੰਦਰ ਆ ਅਤੇ ਸਾਰੇ ਮੁੰਡੇ ਮਤਲਬ ਨਾਲ ਸਪੋਰਟ ਕਰਦੇ ਆ ਹਰੇਕ ਥਾਵੇਂ ਜਾਂਦੇ ਆ ਪੋਸਟਰ ਵਗੈਰਾ ਵੀ ਅਸੀਂ ਪਹਿਲੇ ਗਾਣੇ ਦੇ ਲਾਏ ਜਦੋਂ ਉਹ ਨਾਲ ਠੰਡ ਦਾ ਟਾਈਮ ਸੀ ਬਹੁਤ ਜ਼ਿਆਦਾ ਅਤੇ ਠੰਡ ਦੇ ਵਿੱਚ ਮੋਟਰਸਾਈਕਲ 'ਤੇ ਜਾ ਕੇ ਆਪ ਪੋਸਟਰ ਲਾਏ ਉਹਨਾਂ ਨੇ ਹਾਂ ਮੈਨੂੰ ਮਤਲਬ ਹੌਸਲਾ ਦੇਣ ਵਾਲੇ ਸਾਰੇ ਮਿਲੇ ਹਾਂਜੀ ਦੋਸਤਾਂ ਵੱਲੋਂ ਪੂਰੀ ਸਪੋਰਟ ਮਿਲੀ ਹੈ ਹੌਸਲੇ ਵਾਲੀ ਮਿਲਿਆ ਸਾਰੇ ਕੋਈ ਇੱਦਾਂ ਨਹੀਂ ਵੀ ਤੂੰ ਨਾ ਕਰ ਅਤੇ ਪ੍ਰੋਫੈਸ਼ਨਲੀ ਤੁਹਾਡਾ ਪਹਿਲਾ ਪ੍ਰੋਜੈਕਟ ਕਿਹੜਾ ਸੀਗਾ ਅਤੇ ਉਹਦੇ ਪਿੱਛੇ ਦੀ ਕਹਾਣੀ ਕੀ ਹੈ ਪ੍ਰੋਫੈਸ਼ਨਲੀ ਤੌਰ 'ਤੇ ਜੀ ਮੈਂ ਇਸ਼ਕ ਹਕੂਮਤ ਗਾਣਾ ਕਰਿਆ ਸੀਗਾ ਅੱਛਾ ਆਰ ਗੁਰੂ ਬਾਈ ਦਾ ਮਿਊਜ਼ਿਕ ਸੀਗਾ ਜੈ ਪੰਡਤ ਨੇ ਵੀਡੀਓ ਕੀਤੀ ਸੀ ਉਹਦੀ ਅੱਛਾ ਅਤੇ ਉਹ ਗਾਣਾ ਮੈਂ ਪ੍ਰੋਫੈਸ਼ਨਲ ਤੌਰ 'ਤੇ ਪਹਿਲਾਂ ਕੀਤਾ ਸੀ ਅੱਛਾ ਅਤੇ ਜੇਕਰ ਉਸ ਗਾਣੇ ਦੀਆਂ ਦੋ ਲਾਈਨਾਂ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰ ਸਕੋ ਹਾਂਜੀ ਜ਼ਰੂਰ ਜੀ ਹੋ ਪਿਆਰ ਵਾਲੇ ਚੱਕਰਾਂ ਤੋਂ ਦੂਰ ਰਹੀਦਾ ਤਾਈਓ ਵਿੱਚ ਯਾਰਾਂ ਦੀ ਸਪੋਰਟ ਰਹਿੰਦੇ ਆ ਤੇਰੀ ਮੇਰੀ ਨਹੀਂ ਉਹ ਬਹੁਤਾ ਚਿਰ ਨਹੀਂ ਬਣੀ ਇੱਕੋ ਗੱਲ ਬਿੱਲੋ ਇੱਕ ਠੋਕ ਕਹਿੰਦੇ ਆ ਤੇਰੀ ਮੇਰੇ ਨਾ ਗਰਾਰੀ ਐਵੇਂ ਰੋਜ਼ ਅੜੂਗੀ ਮੇਰੇ ਨਾ ਗਰਾਰੀ ਐਵੇਂ ਰੋਜ਼ ਅੜੂਗੀ ਯਾਰ ਮੇਰੇ ਸਾਰੇ ਪੰਗੇ ਵਾਜ ਵੱਲੀਏ ਇਸ਼ਕ ਹਕੂਮਤ ਤਾਂ ਲੋਕ ਕਰਦੇ ਹੋ ਯਾਰ ਕਰਦੇ ਦਿਲਾਂ ਦੇ ਉੱਤੇ ਰਾਜ ਵੱਲੀਏ ਇਸ਼ਕ ਹਕੂਮਤ ਤਾਂ ਲੋਕ ਕਰਦੇ ਯਾਰ ਕਰਦੇ ਦਿਲਾਂ ਦੇ ਉੱਤੇ ਰਾਜ ਵੱਲੀਏ
ਬਹੁਤ ਹੀ ਵਧੀਆ। ਤੇ ਜਿਹੜੇ ਤੁਹਾਡੇ ਗਾਣੇ ਬਾਰੇ ਮੈਂ ਗੱਲ ਕਰਾਂ, ਹੈ ਨਾ, ਤੁਹਾਡੇ ਆਪਣੇ ਗਾਏ ਹੋਏ ਗਾਣੇ ਵਿੱਚ ਤੁਹਾਡਾ ਸਭ ਤੋਂ ਫੇਵਰੇਟ ਗਾਣਾ ਤੁਹਾਨੂੰ ਕਿਹੜਾ ਲੱਗਦਾ ਹੈਗਾ? ਆਪਣੇ ਗਾਣੇ ਜੀ, ਮੈਂ ਮੈਲਬੋਰਨ ਕਰਿਆ ਸੀ ਇੱਕ ਗਾਣਾ ਆਪਦਾ ਲਿਖਿਆ ਹੋਇਆ, ਉਹ ਗਾਣਾ ਮੈਨੂੰ ਵਧੀਆ ਲੱਗਦਾ ਜੀ। ਅਤੇ ਬਾਕੀ ਇੱਦਾਂ ਵੀ ਮੈਂ ਨਾ ਜਦੋਂ ਮਤਲਬ ਸਿੰਗਿੰਗ ਲਾਈਨ ਦੇ ਵਿੱਚ ਆਇਆ, ਜਦੋਂ ਮੈਂ ਸੋਚਿਆ ਵੀ ਗਾਉਣਾ ਵਾਂ, ਅਤੇ ਮੈਂ ਆਪਦੇ ਗਾਣੇ ਥੋੜ੍ਹੇ ਘੱਟ ਗਏ ਨੇ ਜੀ। ਨਾਲ ਯਾਰ ਮਿੱਤਰ ਸੀਗੇ, ਇਹ ਗਾਣੇ ਇਸ਼ਕ ਹਕੂਮ ਅਤੇ ਸੁਖਜੀਤ ਮੁੰਡਾ ਖੰਨੇ ਤੋਂ ਉਹਨਾਂ ਦਾ ਲਿਖਿਆ ਹੋਇਆ ਸੀਗਾ, ਅਤੇ ਝਿੜਕਾਂ ਗਾਣਾ ਮੁੰਡਾ ਜਸ ਦਿਓਲਾ ਜਗਰਾਉਂ, ਉਂਡੀ ਮੁੱਛ ਵੀ ਉਹ ਵੀ ਮੁੰਡਾ ਜਗਰਾਉਂ ਤੋਂ, ਉਹ ਉਸਤਾਦ ਜੀ ਤੋਂ ਅਸੀਂ ਸਿੱਖਦੇ ਸੀ, ਉੱਥੇ ਉਸਤਾਦ ਨਾਲ ਹੀ ਸਿੱਖਦੇ ਸੀ ਉਹ, ਅਤੇ ਉਹ ਲਿਖਦੇ ਸੀਗੇ। ਮਤਲਬ ਮੈਂ ਇੱਦਾਂ ਨਹੀਂ ਸੋਚਿਆ ਕਿ ਯਾਰ ਮੈਂ ਆਪਦਾ ਹੀ ਕਰਾਂ, ਮੈਨੂੰ ਇਹ ਵਧੀਆ ਮੈਟਰ ਸੱਭਿਆਚਾਰ ਜੋ ਆਪਾਂ ਮਤਲਬ ਕਰ ਸਕਦੇ ਉਹ ਕਰੀਏ। ਓਕੇ, ਉਹਨਾਂ ਦਾ ਆਪਾਂ ਕੀਤਾ। ਦਿਲ ਦੇ ਕਰੀਬ ਕਿਹੜਾ ਗਾਣਾ ਹੈਗਾ? ਆਪਦਾ ਲਿਖਿਆ, ਆਪਦਾ ਲਿਖਿਆ ਜੀ। ਉਹ ਮੈਲਬੋਰਨ ਸੀਗਾ ਜੀ, ਮੈਲਬੋਰਨ ਮੈਂ ਲਿਖਿਆ ਸੀ ਆਪਦਾ, ਅਤੇ ਆਪ ਹੀ ਕਰਿਆ ਸੀ ਉਹ, ਅਤੇ ਉਸ ਤੋਂ ਬਾਅਦ ਝਿੜਕਾਂ ਗਾਣਾ। ਓਕੇ, ਇਹ ਪਰਿਵਾਰਕ ਗਾਣਾ ਇੱਕ ਨਾ, ਰੋਮਾਂਟਿਕ, ਇਹ ਗਾਣਾ ਵਧੀਆ। ਇਹਨਾਂ ਗਾਣਿਆਂ ਦੀਆਂ ਦੋ ਲਾਈਨਾਂ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰੋ। ਉਹ ਸੀਗਾ ਜੀ ਗਾਣਾ, ਮਾਪਿਆਂ ਦੇ ਘਰ ਵੇ ਮੈਂ ਲਾਡਾਂ ਨਾਲ ਪਲੀ ਸੀ, 20 ਸਾਲ ਤੱਕ ਨਾ ਰਸੋਈ ਵਿੱਚ ਵੜੀ ਸੀ, ਉਹ ਗੁੱਸਾ ਕਰਦਾ ਏ ਕੱਚੇ ਰਹਿ ਗਏ ਫੁਲਕੇ, ਹੋ ਮੇਰੀ ਇੰਨੀ ਕੁ ਵੀ ਗੱਲ ਨਹੀਂ ਸਹਾਰਦਾ, ਗੱਲ ਗੱਲ ਉੱਤੇ ਮਾਰਨਾ ਵੇ ਝਿੜਕਾਂ, ਸੋਲ ਜਿਹਾ ਦਿਲ ਮੁਟਿਆਰਦਾ, ਗੱਲ ਗੱਲ ਉੱਤੇ ਮਾਰਨਾ ਵੇ ਝਿੜਕਾਂ, ਸੋਲ ਜਿਹਾ ਦਿਲ ਮੁਟਿਆਰਦਾ। ਬਹੁਤ ਹੀ ਵਧੀਆ। ਤੇ ਇੱਕ ਜਿਹੜਾ ਤੁਸੀਂ ਆਪਣਾ ਮੈਲਬੋਰਨ ਕਹਿ ਰਹੇ ਸੀਗੇ, ਤੁਹਾਡੇ ਹਾਂਜੀ ਮੈਲਬੋਰਨ ਸੀਗਾ ਜੀ, ਉਹ ਛੱਡ ਕੇ ਤੂੰ ਸਾਨੂੰ ਮੈਲਬੋਰਨ ਬਹਿ ਗਈ, ਹੋ ਜਾਨ ਅੱਲੜੇ ਨੀ ਫਿਕਰਾਂ ਚ ਪੈ ਗਈ, ਛੱਡ ਕੇ ਤੂੰ ਸਾਨੂੰ ਮੈਲਬੋਰਨ ਬਹਿ ਗਈ, ਜਾਨ ਅੱਲੜੇ ਨੀ ਫਿਕਰਾਂ ਚ ਪੈ ਗਈ, ਹੋ ਮੇਰੇ ਆਖੇ ਆਲਾਂ ਚ ਗਵਾਚੀ ਰਹਿੰਦੀ ਸੀ, ਭੁੱਲ ਗਈ ਹੈ ਕੀਤੇ ਕੌਲ ਤੇ ਕਰਾਰ ਨੂੰ, ਉਹ ਕਦੇ ਹੈਕ ਨਾਲ ਲਾ ਕੇ ਰੱਖਦੀ ਸੀ ਯਾਰ ਨੂੰ, ਹੋ ਕੇ ਪੱਕੀ ਭੁੱਲੀ ਮਿੱਤਰਾਂ ਦੇ ਪਿਆਰ ਨੂੰ, ਹੈਕ ਨਾਲ ਲਾ ਕੇ ਰੱਖਦੀ ਸੀ ਯਾਰ ਨੂੰ, ਹੋ ਕੇ ਪੱਕੀ ਭੁੱਲੀ ਮਿੱਤਰਾਂ ਦੇ ਪਿਆਰ ਨੂੰ। ਬਹੁਤ ਵਧੀਆ। ਅੱਛਾ, ਇੱਕ ਗੱਲ ਮੈਂ ਜਿਹੜੀ ਕਹਿਣਾ ਚਾਹਾਂਗੀ, ਤੁਸੀਂ ਹਮੇਸ਼ਾ ਪਰਿਵਾਰਿਕ ਜਿਹੜੇ ਕਿ ਗਾਣੇ ਨੇ ਉਹਨਾਂ ਨੂੰ ਸਪੋਰਟ ਕੀਤਾ, ਤੇ ਜਿਹੜੇ ਅੱਜ ਕੱਲ੍ਹ ਦੇ ਕਈ ਗਾਣੇ ਇਸ ਤਰ੍ਹਾਂ ਦੇ ਵੀ ਚੱਲ ਰਹੇ ਨੇ ਜਿਹੜੇ ਕਿ ਪਰਿਵਾਰਿਕ ਨਹੀਂ ਹੈਗੇ ਨੇ, ਪਰ ਫਿਰ ਵੀ ਉਸਨੂੰ ਲੋਕਾਂ ਦੀ ਸਪੋਰਟ ਮਿਲਦੀ ਹੈ ਅਤੇ ਪਿਆਰ ਮਿਲਦਾ, ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਮੇਰੇ ਪਰਿਵਾਰਕ ਗਾਣੇ ਗਾਉਣ ਦੀ ਗੱਲ ਹੈ ਜੀ, ਮੇਰੀ ਸ਼ੁਰੂ ਤੋਂ ਹੀ ਮਤਲਬ ਜਿਹੜੀ ਸੰਗਤ ਆ ਉਹ ਆਪ ਤੋਂ ਵੱਡਿਆਂ ਨਾਲ। ਅੱਛਾ। ਪਿੰਡ ਦੇ ਵਿੱਚ ਬਜ਼ੁਰਗਾਂ ਕੋਲ ਬਹਿਣਾ, ਅਤੇ ਬਾਕੀ ਮੇਰੇ ਫਾਦਰ ਸਾਹਿਬ ਸਭ ਤੋਂ ਵੱਡੀ ਕਿਤਾਬ ਮੇਰੇ ਲਈ ਉਹ ਨੇ ਜੀ, ਜੋ ਉਹਨਾਂ ਨੇ ਮੈਨੂੰ ਸਿਖਾਇਆ ਇੱਦਾਂ ਦੀਆਂ ਗੱਲਾਂ ਜੋ ਕਿਤਾਬਾਂ 'ਚ ਵੀ ਨਹੀਂ ਕਿਤੇ ਮਿਲ ਸਕਦੀਆਂ, ਅਤੇ ਉਹ ਮੈਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਪਰਿਵਾਰਕ ਗਾਣਿਆਂ ਨੂੰ ਪਹਿਲ ਦਿੰਦਾ। ਬਾਕੀ ਜਿਹੜੀ ਅੱਜ ਕੱਲ੍ਹ ਚੱਲਣ ਦੀ ਗੱਲ ਹੈ ਜੀ, ਨਵੇਂ ਮੁੰਡੇ ਯੰਗ ਮੁੰਡੇ ਜਿਹੜੇ ਹਨਾ ਬੱਚੇ ਆ, ਉਹ ਥੋੜ੍ਹਾ ਜਿਹਾ ਬੀਟ 'ਤੇ ਵੱਧ ਹੁੰਦੇ ਆ, ਬੀਟ ਦੇ ਹਿਸਾਬ ਨਾਲ ਗਾਣੇ ਚੱਲਦੇ ਆ, ਉਹਨਾਂ ਨੂੰ ਵਧੀਆ ਲੱਗਦੇ ਆ ਗਾਣੇ, ਡੀਜ਼ਿਆਂ ਵਗੈਰਾ 'ਤੇ ਵੱਜਦੇ ਆ। ਜਿੱਦਾਂ ਹੁਣ ਪਰਿਵਾਰਕ ਗਾਣਾ ਕੋਈ ਡੀਜ਼ੇ 'ਤੇ ਨਹੀਂ ਵੱਜ ਸਕਦਾ, ਕਿਉਂਕਿ ਮਿੱਠਾ ਗਾਣਾ ਆਉਂਦਾ, ਸਲੋ ਹੁੰਦਾ ਨਾ, ਵਿਆਹਾਂ ਸ਼ਾਦੀਆਂ 'ਤੇ ਉਹ ਗਾਣੇ ਚੱਲਦੇ ਨੇ, ਸੋ ਉਹਨਾਂ ਨੂੰ ਵੀ ਵਧੀਆ ਪਿਆਰ ਮਿਲਦਾ। ਅਤੇ ਜਿੱਦਾਂ ਤੁਹਾਡੇ ਸਪੋਰਟ ਬਾਰੇ ਪਿੱਛੇ ਗੱਲ ਕੀਤੀ ਸੀ ਨਾ ਤੁਸੀਂ, ਕਿਹਾ ਤੁਹਾਡੇ ਦੋਸਤਾਂ ਵੱਲੋਂ ਤੁਹਾਨੂੰ ਪੂਰੀ ਸਪੋਰਟ ਮਿਲੀ ਸੀਗੀ, ਇੱਕ ਤੁਹਾਨੂੰ ਆਪਣੇ ਬੋਲੀਵੁੱਡ ਇੰਡਸਟਰੀ ਦੇ, ਪੰਜਾਬੀ ਇੰਡਸਟਰੀ ਦੇ ਹੈਪੀ ਰਾਏ ਕੋਟੀ ਵੱਲੋਂ ਵੀ ਪੂਰੀ ਸਪੋਰਟ ਮਿਲਦੀ ਹੈ। ਹਾਂਜੀ ਹਾਂ, ਹੈ ਨਾ, ਇਸ ਦੇ ਬਾਰੇ ਇਹਦੇ ਪਿੱਛੇ ਦੀ ਕਹਾਣੀ ਬਾਰੇ ਤੁਸੀਂ ਕੀ ਕਹੋਗੇ? ਹੈਪੀ ਰਾਏ ਕੋਟੀ ਵੀਰੇ ਦਾ ਜਿੱਥੋਂ ਤੱਕ ਸਵਾਲ ਹੈ, ਸਭ ਤੋਂ ਪਹਿਲਾਂ ਮੇਰੇ ਪਿੰਡ ਦੇ ਨੇੜੇ ਨੇ, ਸਾਡਾ ਸਿਰਫ 3 ਕਿਲੋਮੀਟਰ ਦਾ ਫਰਕ ਆ 12ਵੀਂ ਦੇ ਰਾਏ ਕੋਟ ਦਾ ਜੀ। ਅੱਛਾ। ਅਤੇ ਉਹ ਮੈਨੂੰ ਸ਼ੁਰੂ ਤੋਂ ਜਾਣਦੇ ਨੇ, ਪਹਿਲੇ ਗਾਣੇ ਤੋਂ ਲੈ ਕੇ ਹੁਣ ਤੱਕ ਦੇ ਲਈ, ਅਤੇ ਉਹਨਾਂ ਨੂੰ ਕੁਛ ਨਾ ਕੁਛ ਲੱਗਦਾ ਕਿ ਯਾਰ ਬੰਦਾ ਮਿਹਨਤ ਕਰਦੇ ਆ ਨਾ, ਅਤੇ ਬਾਕੀ ਸੁਭਾਅ ਦੇ ਬਹੁਤ ਵਧੀਆ ਨੇ, ਮਿਲਦੇ ਰਹਿੰਦੇ ਅਕਸਰ ਰਾਏਕੋਟ, ਅਤੇ ਪਲ ਪਲ 'ਤੇ ਸਪੋਰਟ ਵੀ ਕਰਦੇ ਆ। ਝਿੜਕਾਂ ਗਾਣਾ ਕਰਿਆ ਸੀਗਾ, ਉਹਨਾਂ ਨਾਲ ਡਿਸਕਸ ਕਰਕੇ ਹੀ ਗਾਣਾ ਕਰਿਆ, ਅਤੇ ਵੀ ਇਹ ਗਾਣਾ ਕਰ ਲਈਏ, ਹਾਂਜੀ ਕਹਿੰਦੇ ਕਰਨਾ ਚਾਹੀਦਾ, ਅਤੇ ਉਹਨਾਂ ਦੇ ਕਹਿਣ 'ਤੇ ਕੀਤਾ, ਉਹਦਾ ਵਧੀਆ ਪਿਆਰ ਆ ਸਾਡਾ ਆਪਸ ਵਿੱਚ, ਅਤੇ ਪੂਰੀ ਸਪੋਰਟ ਵੀ ਕਰ ਰਹੇ ਨੇ ਹੁਣ ਤੱਕ। ਅਤੇ ਤੁਹਾਡੇ ਦੋਨਾਂ ਦੀ ਜੇ ਕੋਈ ਕਹਾਣੀ ਜਿਹੜੀ ਲੋਕਾਂ ਨੂੰ ਨਹੀਂ ਪਤਾ ਹੋਵੇ, ਤੁਸੀਂ ਲੋਕਾਂ ਨੂੰ ਸਾਂਝੀ ਕਰ ਸਕੋ? ਕਹਾਣੀਆਂ ਬਹੁਤ ਜ਼ਿਆਦਾ ਨੇ ਜੀ, ਅਤੇ ਮੈਂ ਅਕਸਰ ਬਾਈ ਨੂੰ ਜਦੋਂ ਮਿਲਦਾ ਨਾ, ਵਧੀਆ ਗੱਲਾਂ ਬਾਤਾਂ ਪਿਆਰ ਦੀਆਂ ਕਰਦੇ ਰਹਿੰਦੇ ਹਾਂ, ਪੁਰਾਣੀਆਂ ਗੱਲਾਂ ਕਰਦੇ ਰਹਿੰਦੇ ਹਾਂ,
ਤੇ ਜਿਮ ਵਗੈਰਾ ਵੀ ਅਸੀਂ ਇਕੱਠੇ ਹੁੰਦੇ ਹਾਂ ਉੱਥੇ, ਕਾਫੀ ਕਹਾਣੀਆਂ ਨੇ। ਕੋਈ ਮਸਤੀ ਮਜ਼ਾਕ ਦਾ ਮੂਮੈਂਟ ਨਹੀਂ ਹੈਗਾ? ਨਹੀਂ ਇੰਨਾ, ਕਿਉਂਕਿ ਬਾਈ ਬਿਜ਼ੀ ਆ ਨਾ, ਇੰਨਾ ਟਾਈਮ ਲੱਗਦਾ ਨਹੀਂ, ਪਰ ਜਦੋਂ ਵੀ ਕਿਤੇ ਮਿਲੀਦਾ ਵਧੀਆ ਤਸੱਲੀ ਨਾਲ ਮਿਲ ਕੇ ਜਾਈਦਾ। ਓਕੇ, ਅੱਛਾ, ਤੇ ਤੁਸੀਂ ਬਚਪਨ ਦੇ ਵਿੱਚ ਕਿਹੜੇ ਸਿੰਗਰ ਨੂੰ ਸਭ ਤੋਂ ਜ਼ਿਆਦਾ ਸੁਣਿਆ? ਬਚਪਨ ਤੋਂ ਜੀ ਮੈਂ ਸਾਰੀ ਇੰਡਸਟਰੀ ਫੈਨ ਹਾਂ, ਅਤੇ ਕਈ ਵਾਰ ਐਂ ਹੋ ਜਾਂਦਾ ਵੀ ਜੇ ਉਹਦਾ ਨਾਂ ਲੈ ਦਿਉ ਬੰਦਾ ਹਿੱਟ ਹੋ ਜਾਂਦਾ ਨਾ, ਅਤੇ ਪਰ ਨਾਂ ਲੈਣ ਵਾਲੀ ਗੱਲ ਨਹੀਂ, ਕਿਉਂਕਿ ਮੈਂ ਦਿਲੋਂ ਤੋਂ ਸ਼ੁਰੂ ਤੋਂ ਫੈਨ ਹਾਂ ਬਾਈ ਬੱਬੂ ਮਾਨ ਦਾ। ਅੱਛਾ, ਉਹਨਾਂ ਨੂੰ ਸੁਣਦਾ ਮੈਂ, ਸਾਰੀ ਇੰਡਸਟਰੀ ਉਹਨਾਂ ਨੂੰ ਸੁਣਦੀ ਹੈ, ਕਿਉਂਕਿ ਉਹਨਾਂ ਦੇ ਗਾਣਿਆਂ 'ਚ ਜੋ ਇੱਕ ਜ਼ਿਮੀਦਾਰਾਂ ਲਈ ਜਾਂ ਆਮ ਇਨਸਾਨ ਲਈ ਦਰਦ ਆ ਜਾਂ ਉਹਨਾਂ ਦੀ ਹਕੀਕਤ ਆ, ਮੈਨੂੰ ਉਹ ਚੀਜ਼ ਬਹੁਤ ਵਧੀਆ ਲੱਗਦੀ ਆ। ਇਹ ਨਹੀਂ ਕਹਿੰਦਾ ਕਿ ਮੈਂ ਬਹੁਤ ਕੱਟੜ ਫੈਨ ਵਾਲੀ ਗੱਲ ਨਹੀਂ ਹੈਗੀ, ਅਤੇ ਅਸਲੀਅਤ ਹੀ ਸਹੀ ਤੌਰ 'ਤੇ ਕਲਮ ਦੇ ਵਿੱਚ ਮੈਨੂੰ ਜਾਨ ਬਹੁਤ ਲੱਗਦੀ ਉਹਨਾਂ ਦੇ, ਉਹਨਾਂ ਨੂੰ ਤਾਂ ਕਿਤੇ ਸੁਣਦਾ ਮੈਂ। ਅੱਛਾ, ਤੇ ਉਹਨਾਂ ਦਾ ਇੱਕ ਕੋਈ ਇਹੋ ਜਿਹਾ ਗਾਣਾ ਜਿਹੜਾ ਕਿ ਤੁਹਾਡੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੋਵੇ? ਹਾਂਜੀ, ਉਹਨਾਂ ਦਾ ਗਾਣਾ ਆਇਆ ਸੀਗਾ ਮੰਡੀਆਂ 'ਚ ਜੱਟ ਰੋਲਦਾ ਚੁੱਲ੍ਹੇ ਮੂਹਰੇ ਰੋਲਦੀ ਰਕਾਨ, ਅਤੇ ਅਸਲੀਅਤ ਇੱਕ ਕਿਸਾਨੀ ਨੂੰ ਬਿਆਨ ਕਰਦਾ ਗਾਣਾ, ਉਹ ਬਹੁਤ ਵਧੀਆ ਲੱਗਦਾ। ਅੱਛਾ, ਮੈਂ ਇਹ ਗੱਲ ਕਹਿ ਸਕਦੇ ਹਾਂ ਇੱਕ ਤਰ੍ਹਾਂ ਦੇ ਨਾਲ ਕਿ ਉਹ ਤੁਹਾਡੇ ਲਈ ਤੁਹਾਡੀ ਇੰਸਪੀਰੇਸ਼ਨ ਨੇ? ਹਾਂਜੀ ਹਾਂ, ਅਤੇ ਬਾਕੀ ਮੈਨੂੰ ਉਹਨਾਂ ਦੀਆਂ ਜਿਵੇਂ ਗੱਲਾਂ ਨਾ, ਬੇਪਾਕ ਗੱਲਾਂ, ਮਤਲਬ ਜੋ ਗੱਲ ਹੈ ਕਹਿ ਦੇਣੀਆਂ ਜੀ, ਉਹ ਗੱਲਾਂ ਮੈਨੂੰ ਬਹੁਤ ਲੱਗਦੀਆਂ। ਮੈਨੂੰ ਆਪਦੇ ਆਪ 'ਤੇ ਵੀ ਕਈ ਵਾਰ ਲੱਗਦਾ, ਕਿਉਂਕਿ ਬਾਈ ਨੇ ਵੀ ਕਿਹਾ ਸੀ, ਕਹਿੰਦਾ ਉਹਨੂੰ ਸਵਾਲ ਕੀਤਾ ਤੁਹਾਡਾ ਉਸਤਾਦ ਕੌਣ ਆ, ਕਹਿੰਦੇ ਜਿਹਨੇ ਸਭ ਤੋਂ ਪਹਿਲਾਂ ਕਿਹਾ ਸੀ ਉਹਦਾ ਉਸਤਾਦ ਕੌਣ ਸੀ, ਹੈ ਨਾ, ਵੀ ਮਤਲਬ ਕਿਸੇ 'ਤੇ ਡਿਪੈਂਡ ਨਾ ਹੋਵੋ, ਆਪ ਤੁਸੀਂ ਮਿਹਨਤ ਕਰੋ ਸਾਰਾ ਕੁਛ ਕਰ ਸਕਦੇ ਹੋ। ਅਤੇ ਮੈਨੂੰ ਵੀ ਇੱਦਾਂ ਲੱਗਦਾ ਕਿ ਮੇਰੀ ਕੋਈ ਬਾਂਹ ਫੜਨ ਵਾਲਾ ਨਹੀਂ ਹਜੇ ਤੱਕ ਵੀ ਆਇਆ, ਅਤੇ ਮੈਂ ਆਪ ਹੀ ਕਰ ਰਿਹਾ ਜੋ ਕਰ ਰਿਹਾ। ਅੱਛਾ, ਜੇ ਵਿਹਲੇ ਟਾਈਮ ਦੀ ਗੱਲ ਕਰੀਏ, ਮਤਲਬ ਜਦੋਂ ਫ੍ਰੀ ਟਾਈਮ ਬੰਦੇ ਨੂੰ ਮਿਲਦਾ ਹੈਗਾ, ਤੁਸੀਂ ਉਹਦੇ ਵਿੱਚ ਕੀ ਕਰਨਾ ਸਭ ਤੋਂ ਜ਼ਿਆਦਾ ਪਸੰਦ ਕਰਦੇ? ਸਿੰਗਿੰਗ ਤੁਸੀਂ ਕਰਦੇ, ਗਾਉਣਾ ਹੀ ਉਹਦੇ ਵਿੱਚ ਵੀ ਸ਼ੌਂਕ ਹੈਗਾ ਜਾਂ ਲਿਖਣਾ ਹੀ ਸ਼ੌਂਕ ਹੈ? ਉਸ ਤੋਂ ਇਲਾਵਾ ਵੀ ਕੋਈ ਤੁਸੀਂ ਉਹਦੇ ਵਿੱਚ ਕੰਮ ਕਰਦੇ ਹੈਗੇ ਹੋ? ਫ੍ਰੀ ਟਾਈਮ ਦੇ ਵਿੱਚ ਵੀਰੇ ਗਰਾਊਂਡ 'ਚ ਹੋਈਦਾ ਜੀ ਸ਼ਾਮ ਨੂੰ। ਅੱਛਾ, ਫੁੱਟਬਾਲ ਵੀ ਖੇਡ ਲਈਦੀ ਆ, ਕ੍ਰਿਕਟ ਵੀ ਖੇਡ ਲਈਦੀ ਆ। ਓਕੇ, ਫ੍ਰੀ ਟਾਈਮ ਮੈਂ ਗਰਾਊਂਡ 'ਚ ਹੀ ਹੁੰਦਾ। ਮਤਲਬ ਗਰਾਊਂਡ 'ਤੇ ਲਿਖਣ ਤੋਂ ਇਲਾਵਾ ਤੁਹਾਨੂੰ ਗੇਮਸ ਦਾ ਸ਼ੌਂਕ? ਹਾਂਜੀ, ਗੇਮ ਦਾ ਸ਼ੌਂਕ ਹੈ, ਗੇਮ ਸ਼ੌਂਕ ਵੀ ਆ, ਅਤੇ ਫਿਟਨੈਸ ਵੀ ਬਹੁਤ ਜ਼ਰੂਰੀ ਆ। ਜੀ ਜੀ ਜੀ, ਉਹਦੇ ਕਰਕੇ ਬਸ ਫ੍ਰੀ ਟਾਈਮ 2 ਘੰਟੇ ਸ਼ਾਮ ਦੇ ਜਾਂ ਜਿੰਮ ਜਾਂ ਗਰਾਊਂਡ। ਓਕੇ, ਇਹ ਦੋਨੇ ਚੀਜ਼ਾਂ। ਅੱਛਾ, ਤੇ ਤੁਸੀਂ ਦੋਨੋਂ ਫੀਲਡਸ ਨੂੰ ਇੱਕ ਤਰ੍ਹਾਂ ਦੇ ਨਾਲ ਐਕਸਪੀਰੀਅੰਸ ਕੀਤਾ, ਰਾਈਟਿੰਗ ਐਜ਼ ਵੈਲ ਐਜ਼ ਸਿੰਗਿੰਗ, ਤੇ ਤੁਹਾਨੂੰ ਕਿਹੜੀ ਫੀਲਡ ਸਭ ਤੋਂ ਜ਼ਿਆਦਾ ਚੈਲੰਜਿੰਗ ਲੱਗਦੀ ਹੈ? ਔਖਾ ਤਾਂ ਸਭ ਤੋਂ ਜ਼ਿਆਦਾ ਲਿਖਣਾ ਵਾ ਜੀ। ਅੱਛਾ, ਤੇ ਜੇ ਆਪਾਂ ਮਤਲਬ ਸਿੰਗਿੰਗ ਦੀ ਗੱਲ ਕਰੀਏ, ਸਿੰਗਿੰਗ ਗਾ ਹਰੇਕ ਸਕਦਾ, ਉਹਦੇ ਲਈ ਥੋੜ੍ਹਾ ਜਿਹਾ ਪੈਸੇ ਦੀ ਬਹੁਤ ਜ਼ਰੂਰਤ ਆ ਨਾ। ਦੋਨੇ ਚੀਜ਼ਾਂ ਆਪਣੀ ਆਪਣੀ ਥਾਂ 'ਤੇ ਸਹੀ ਆ, ਪਰ ਜੇ ਆਪਾਂ ਕਹੀਏ ਲਿਖਣਾ ਬਹੁਤ ਔਖਾ, ਗਾਉਣਾ ਸੌਖਾ ਵਾ, ਉਹ ਸਾਰਿਆਂ ਦੀ ਬਸ ਦੀ ਗੱਲ ਨਹੀਂ। ਹਾਂਜੀ ਹਾਂ, ਲਿਖ ਹਰੇਕ ਨਹੀਂ ਸਕਦਾ, ਗਾ ਹਰੇਕ ਸਕਦਾ ਜੀ। ਠੀਕ ਹੈ, ਤੇ ਜਦੋਂ ਤੁਸੀਂ ਲਿਖਣਾ ਵਗੈਰਾ ਸ਼ੁਰੂ ਕੀਤਾ ਸੀਗਾ ਤੇ ਹੁਣ ਵੀ ਤੁਸੀਂ ਲਿਖਦੇ ਹੋ, ਤੁਹਾਨੂੰ ਉਹਦੇ ਵਿੱਚ ਕੀ ਲੱਗਦਾ ਕਿ ਤੁਸੀਂ ਇਕੱਲੇ ਬੈਠ ਕੇ ਹੀ ਲਿਖਣਾ ਜ਼ਿਆਦਾ ਵਧੀਆ ਪਸੰਦ ਲੱਗਦਾ ਹੈ, ਕੋਈ ਵੀ ਨਾ ਲੈ ਕੇ ਬੈਠ ਜਾਓ ਤੁਸੀਂ ਆਰਾਮ ਨਾਲ ਲਿਖ ਲੈਂਦੇ ਹੈ? ਨਹੀਂ, ਆਈਡੀਆ ਤਾਂ ਮੇਰੇ ਕੁਦਰਤੀ ਆ, ਕਈ ਵਾਰ ਜਿੱਦਾਂ ਬੱਸ 'ਚ ਸਫ਼ਰ ਕਰਦੇ ਸੀਗੇ ਪਹਿਲਾਂ ਨਾ, ਉਦੋਂ ਉੱਥੇ ਆ ਗਿਆ, ਘਰੇ ਬੈਠੇ ਆ ਗਿਆ, ਕੋਈ ਇੱਦਾਂ ਦੀ ਕੋਈ ਖਾਸ ਥਾਂ ਨਹੀਂ ਹੈ। ਓਕੇ, ਜਦੋਂ ਕੋਈ ਆਈਡੀਆ ਆਉਂਦਾ, ਕਈਆਂ ਨੂੰ ਹੁੰਦਾ ਨਾ ਕਿ ਅਸੀਂ ਬਸ ਇਕੱਲੇ ਬੈਠੇ ਰਹਿਣ ਦਿਓ ਤਾਂ ਹੀ ਆਪਾਂ। ਹਾਂਜੀ, ਕਈ ਵਾਰ ਹੋ ਜਾਂਦਾ ਗਾ, ਪਰ ਮੇਰੇ ਨਾਲ ਕੋਈ ਇੱਦਾਂ ਦਾ ਹੈ ਨਹੀਂ, ਜੋ ਵੀ ਜਦੋਂ ਵੀ ਕੋਈ ਵੀ ਕਈ ਵਾਰ ਖੇਡਦੇ ਹੁੰਦੇ ਗਰਾਊਂਡ 'ਚ, ਉਦੋਂ ਵੀ ਦਿਮਾਗ 'ਚ ਲਾਈਨ ਆ ਜਾਂਦੀ ਹੈ ਨਾ, ਜਾਂ ਕਿਸੇ ਨੇ ਕਹਿਤਾ, ਸਾਡੇ ਪਿਛਲੇ ਫੁੱਟਬਾਲ ਦਾ ਟੂਰਨਾਮੈਂਟ ਹੋਇਆ, ਕਹਿੰਦੇ ਯਾਰ ਫੁੱਟਬਾਲ 'ਤੇ ਗਾਣਾ ਲਿਖ ਦੇ, ਉਹ ਫੁੱਟਬਾਲ 'ਤੇ ਲਿਖਤਾ। ਕਈ ਵਾਰ ਸਫ਼ਰ ਕਰ ਰਹੇ ਹੁੰਦੇ ਹਾਂ, ਕੋਈ ਦਹਿਸ਼ਗੀ ਵਾਲੇ ਦੁਆਲੇ ਕੋਈ ਗੱਲ, ਉਹ 'ਤੇ ਲਿਖ ਦੇਈਦਾ। ਅੱਛਾ, ਹਾਂਜੀ, ਠੀਕ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਹੜੇ ਨਵੇਂ ਪ੍ਰੋਜੈਕਟਸ ਲੈ ਕੇ ਆ ਰਹੇ ਹੋ? ਪ੍ਰੋਜੈਕਟਸ ਲਗਾਤਾਰ ਆ ਰਹੇ ਨੇ ਜੀ, ਗਾਣੇ 2 ਗਾਣੇ ਆ ਰਹੇ ਨੇ। ਅੱਛਾ, ਤੇ ਇੱਕ ਅਜੇ ਸਰਪ੍ਰਾਈਜ਼ ਰੱਖਾਂਗੇ, ਜ਼ਿਆਦਾ ਨਹੀਂ ਦੱਸਣਾ, ਮੂਵੀ ਦੇ ਵਿੱਚ ਗਾਣਾ ਆ ਰਿਹਾ। ਅੱਛਾ, ਉਹ ਫਿਰ ਜਦੋਂ ਆਊਗਾ ਉਦੋਂ ਸਾਰਿਆਂ ਨਾਲ ਸਾਂਝਾ ਕਰਾਂਗੇ। ਅੱਛਾ, ਬੜੀ ਐਕਸਾਈਟਮੈਂਟ ਰਹੇਗੀ ਸਾਡੇ ਦਰਸ਼ਕਾਂ ਨੂੰ ਵੀ ਇਸ ਚੀਜ਼ ਦੇ ਕਿ ਕਿਹੜੀ ਫਿਲਮ ਦੇ ਵਿੱਚ ਤੁਹਾਡਾ ਗਾਣਾ ਆ ਰਿਹਾ। ਹਾਂਜੀ, ਉਹ ਸਾਰਾ ਕੁਝ ਸਮੇਂ ਦੇ ਨਾਲ ਨਾਲ ਦੱਸਾਂਗੇ ਨਾ ਜੀ। ਅੱਛਾ, ਤੇ ਤੁਸੀਂ ਸਾਡੇ ਆਡੀਅੰਸ ਨੂੰ ਜਾਂਦੇ ਜਾਂਦੇ ਕਿਹੜਾ ਇੱਕ ਮੈਸੇਜ ਦੇਣਾ ਚਾਹੋਗੇ? ਆਡੀਅੰਸ ਬਹੁਤ ਸਿਆਣੀ ਹੈ ਜੀ, ਮੈਸੇਜ ਦੇਣ ਨਾਲ ਤਾਂ ਮੈਂ ਅਜੇ ਹੋਇਆ ਨਹੀਂ ਹੈਗਾ, ਬਸ ਇਹੀ ਆ ਵੀ ਮਿਹਨਤ ਕਰੋ, ਜੋ ਵੀ ਆਪਾਂ ਮੰਜ਼ਿਲ ਸੋਚੀ ਆ ਦਿਮਾਗ ਦੇ ਵਿੱਚ, ਉਹ ਤੇ ਟੀਚਾ ਮੰਨ ਕੇ ਚੱਲੋ ਵੀ ਅਸੀਂ ਇੱਥੇ ਪਹੁੰਚਣਾ, ਉਹਦੇ ਲਈ ਸਾਨੂੰ ਚਾਹੇ ਦਿਨ ਰਾਤ ਇੱਕ ਕਰਨਾ ਪਵੇ, ਉਹ ਕਰਨਾ ਚਾਹੀਦਾ, ਅਤੇ ਬਾਕੀ ਸਾਰੇ ਸਿਆਣੇ ਆ, ਸਾਰੇ ਵਧੀਆ।
ਬਹੁਤ ਹੀ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਥੈਂਕ ਯੂ ਜੀ। ਤੁਹਾਡੇ ਤੁਹਾਡੇ ਅਪਕਮਿੰਗ ਪ੍ਰੋਜੈਕਟ ਤੇ ਤੁਹਾਡੀ ਜਿਹੜੀ ਮੂਵੀ ਵਿੱਚ ਗਾਣਾ ਆ ਰਿਹਾ ਉਹਨੂੰ ਲੈ ਕੇ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਬੈਸਟ ਵਿਸ਼ੇਸ। ਥੈਂਕ ਯੂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।